ਸੋ ਸਤਸੰਗਤ ਜੀ ਬੜੇ ਪਿਆਰ ਨਾਲ ਆਪ ਦੀ ਆਸ਼ੀਰਵਾਦ ਔਰ ਬਜ਼ੁਰਗਾਂ ਦੀ ਕਿਰਪਾ ਦਾ ਸਦਕਾ ਆਪ ਸਰਬੱਤ ਸਤਸੰਗਤ ਦੇ ਚਰਨ ਧੂੜ ਦਾ ਸਦਕਾ ਗਤ ਨ ਕੋ ਜਨ ਹਰ ਕੇ 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 ਜੋਗ ਜਤੀ ਤਪੀ ਪਚਾਰ ਜੋਗ ਜਤੀ ਤਪੀ ਪਚਾਰ ਹਰ ਕੋ ਲੋਗ ਗਤ ਨ ਕੋ ਜਨ ਹਰ ਕੇ ਗਤ ਨ ਕੋ ਕੋ ਜਨ ਹਰ ਕੇ ਗਤ ਨ ਕੋ ਮਮ ਪ ਕੋ ਜਨ ਹਰ ਕੇ ਗਤ ਨ ਕੋ ਜਨ ਹਰ ਕੇ ਗਤ ਨ ਕੋ ਜਨ ਜੋ ਡੰਕ ਕੋ ਕਰੀ ਛਿਨ ਮੇਰਾ ਡੰਕ ਕੋ ਕਰੀ ਛਿਨ ਮੇਰਾ ਅੰਕ ਕੋ ਕਰੀ ਜਨ ਮੇ ਅੰਕ ਕੋ ਕਰੀ ਜਨ ਮੇ ਅੰਕ ਕੋ ਅੰਕ ਕੋ ਕਰੀ ਅੰਕ ਕੋ ਕਰੇ ਜਿਨ ਮੇਰਾ ਅੰਕ ਕੋ ਕਰੀ ਜਿਨ ਮੇਰਾ ਅੰਕ ਕੋ ਕਰੀ ਰੰਕ ਕਰ ਡਰ ਕਰ ਡਰ ਨਿਤ ਪਰੇ ਪਰੇ ਸਖ ਨਾਂਗ ਗੀਤਾ ਕੋ ਬਿਹਾਇਆ ਮੈਂ ਕੋ ਬਿਹਾਵੇ ਗਤ ਨ ਕੋ ਜਨ ਹਰ ਕੇ ਗਤ ਨ ਕੋ ਜਨ ਕੋ ਜਨ ਹਰ ਕੇ ਗਤ ਨ ਕੋ ਜਨ ਗਤ ਨ ਕੋ ਜਨ ਹਰ ਕੇ ਗਤ ਨ ਕੋ ਸਤਸੰਗਤ ਜੀਓ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਨੋ ਵਰੀ ਨੋ ਦਾ ਸਟੇਟ ਆਫ ਲਾਰਡ ਕੋ ਨਾ ਯੋਗੀਜ ਸੈਲੀਬ੍ਰੇਟਸ ਪੈਨੀਟੈਂਸ ਐਂਡ ਆਲ ਫੋਰਮ ਆਫ ਕਲੈਵਰ ਪੀਪਲ ਦੇ ਹੈਵ ਫੇਲਡ ਟੂ ਨੋ ਦਾ ਸਟੇਟ ਆਫ ਲਾਰਡ
हर की गत न खो जान। छिन में राम को इन एन इंस्टेंट ही कैन चेंज बैगर्स इनटू किंग्स एंड किंग्स इनटू बैगर्स। छिन में राव रंक को कर ही राव रंक कर डारे, वॉट एवर इज एम्प्टी ही कैन fill that, and whatever is filled can empty that in an instance. Apni maya aap pasari, and at his expense of maya aap dekhan hara. Vaheguru, it's all the maya of Lord and he himself beholds it. Nana roop tare borangi, he assume all the forms and plays within that. In that games and still he is detached from everything. Sab tere hai nirara. Vaheguru is detached, still it's all his games. Agnat apar alakh, agnat incalculable. In no calculation we can count Vaheguru. Agnat apar, Vaheguru is infinite, alakh, incomprehensible, and immaculate. Jahan jag sab jag parmayo, this is all, we are all misled by Vaheguru. But what is the message Guru Tegh Bahadur kende han? Sagal param taj nanak prani. Cast off all your doubts and concentrate only, focus only on Vaheguru. So Sat Sangat Jiyo, tusi sare baithe hoye si aur sun wale ho, aur main kadi kadi loki jithe khatam karke chale jande han, main utthe kehna ha oye main kyon bolya, main english vich bhi, kyunki duniya vich ik kirtan karo innu duniya sundi hai, sari duniya sundi hai, bade kirtan paye han. ਜਿਹੜਾ ਸੰਗੀਤ ਹੈ ਦੁਨੀਆ ਵਿੱਚ ਸਭ ਤੋਂ ਵੱਡਾ ਸੰਗੀਤ ਗੁਰਮਤਿ ਸੰਗੀਤ ਹੈ, ਮੈਂ ਬਾਂਹ ਖੜੀ ਕਰਕੇ ਕਹਿੰਦਾ। ਇਹ ਲਾਸਟ ਹੁੰਦੀ ਹੈ ਜੋ ਤੁਸੀਂ ਇਹ ਤਾਲ ਸੁਣ ਰਹੇ ਹੋ। ਕਹਿਣ ਨੂੰ ਸਭ ਠੀਕ ਹੈ, ਆਪ ਸੁਣੋ ਕਿਸ ਦੀ ਇਸ ਤੱਕ ਕਿਆ ਇਸ ਦੀ ਪਕੜ ਕਿਆ ਹੈ, ਇਸ ਤਾਲ ਦੀ ਵੰਡ ਕੈਸੀ ਹੈ ਇਸ ਦੀ। ਔਰ ਰੀਤਾਂ ਇਹ ਵਿਹਾਗੜੇ ਦੀ ਚੀਜ਼ ਹੈ, ਗੁਣੀਆਂ ਲੋਕਾਂ ਨੇ ਸਾਡੇ ਬਜ਼ੁਰਗਾਂ ਨੇ ਜਿਹਨਾਂ ਨੂੰ ਲੋਕ ਨਹੀਂ ਸੁਣ ਸਕੇ, ਪਰ ਤੁਹਾਡੇ ਚਰਨਾਂ ਦੀ ਖੈਰਾਤ ਦਾ ਸਦਕਾ ਸਾਧ ਸੰਗਤ ਜੀ, ਉਹ ਸਿਰਫ ਦੁਨੀਆ ਵਿੱਚ ਵੱਡੇ ਵੱਡੇ ਪੰਡਿਤ ਲੋਕ ਕਹਿ ਜਾਂਦੇ ਸੀ ਮੈਂ ਅਸਾਰ ਗਾਉਣ ਲੱਗਾ, ਮੈਂ ਚੌਥਾ ਹਿੱਸਾ ਗਾਵਾਂਗਾ ਮਾਤਰਾ ਦਾ, ਮੈਂ ਸਤਾਰਾ ਗਾਵਾਂਗਾ। ਇਹ ਜੇ ਗਿਣੋ ਤਾਂ ਸਤਾਰਾਂ ਮਾਤਰਾ ਹਨ, ਪਰ ਇਹ 8.5 ਬਣ ਜਾਂਦੀਆਂ ਹਨ, ਫਿਰ 4 ਬਣ ਜਾਂਦੀਆਂ ਹਨ ਸਵਾ। ਸੋ ਸਾਧ ਸੰਗਤ ਜੀ, ਗੱਲ ਤਾਂ ਇਹ ਹੈ ਕਿ ਜੋ ਗੁਰਮਤਿ ਸੰਗੀਤ ਹੈ, ਮੈਂ ਕਹਿਣਾ ਕੀ ਚਾਹੁੰਦਾ, ਮੈਂ ਕਹਿਣਾ ਇਹ ਚਾਹੁੰਦਾ ਸਭ ਤੋਂ ਵੱਡਾ ਸੰਗੀਤ ਹੈ ਗੁਰਮਤ ਦਾ, ਪਰ ਜਿਹਨੂੰ ਨਾ ਅਸੀਂ ਪਕੜ ਸਕੇ ਹਾਂ, ਸਾਡੇ ਕੋਲੋਂ ਤਾਂ ਖੁੰਝ ਗਿਆ ਹੈ। ਪਿਤਾ ਜੀ ਨੂੰ ਤੁਸੀਂ ਬਿਜਲੀ ਸਾਹਿਬ ਨੂੰ ਸਤਿਕਾਰ ਦੇ ਰਹੇ ਹੋ, ਤੁਹਾਡਾ ਬਹੁਤ ਅਸੀਂ ਸ਼ੁਕਰਗੁਜ਼ਾਰ ਹਾਂ। ਗੁਰੂ ਤੁਹਾਡੇ 'ਤੇ ਮਿਹਰ ਭਰਿਆ ਹੱਥ ਰੱਖੇ ਪਾਤਸ਼ਾਹ, ਧੰਨ ਗੁਰੂ ਤੇਗ ਬਹਾਦਰ, ਔਰ ਗੁਰੂ ਆਪਣੀ ਬਖਸ਼ਿਸ਼ ਕਰੇ ਮੇਰੇ ਨਾਲ, ਪਿਤਾ ਜੀ ਮੇਰੇ ਦੋਵੇਂ ਭਾਈ ਔਰ ਮੇਰੇ ਦੋਸਤ, ਜਿਨ੍ਹਾਂ ਦੇ ਕਰਕੇ ਮੈਂ ਆਪਣੀ ਜ਼ਿੰਦਗੀ ਵਿੱਚ ਜਿੰਦਾ ਹਾਂ। ਮੈਂ ਕਿਹਾ ਹਾਂ ਮੈਂ ਕਿਆ ਗਾਵਾਂਗਾ ਜੇ ਕੋਈ ਵਜਾ ਨਾ ਸਕੇਗਾ। ਤੋ ਸਾਧ ਸੰਗਤ ਜੀਓ, ਆਪ ਇਸ ਚੀਜ਼ ਨੂੰ ਸੁਣੋ, ਆਪ ਆਨੰਦ ਲਵੋ। ਆਪਣੀ ਮਾਇਆ ਆਪ ਪਸਾਰੀ, ਆਪਣੀ ਮਾਇਆ ਆਪਣੀ ਮਾਇਆ ਆਪ ਪਸਾਰੀ, ਆਪਣੀ ਮਾਇਆ ਆਹ
अपनी माया पसारी आप देखनुहार नाना रूप तज हे बोरंगी सब ते रहे निदान हर की गगना कतना गो जन हर की कतना गो जन हर की कतना गो जन अग्न ते अगन तू बापा अगन तू बापा अगन तिया पर अग्न 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 दया अगन दया बाप अगन आग अगन दया अगन दया पाल अगन निर्जन अगन दया पाल अगन निर्जन अगन दया मन अग अगन तगन तर अगन अलक नैन जन अग्न दया पर अलक नैन जन जसप जग भर मायो भर मायो सगल पदम तज नानक प्राणी सगल पदम तज नानक प्राणी चरण ताहे चित लाव चित लाव गतना गो जाने याद की कतना गो सदाचार कतना गो जाने हर के कतना गो जाने हर के कतना गो कतना गो जाने जाने याद की कतना गो अनिल जाने को जाने याद की कतना
ਬੇਟਾ ਸੋ ਸਤਿ ਸ੍ਰੀ ਜੀ ਇਹ ਹੈ ਮੈਂ ਆਪਦੇ ਚਰਨਾਂ ਦੀ ਧੂੜ ਦਾ ਸਦਕਾ ਇਹ ਹੈ ਸੰਗੀਤ ਸਤਿਗੁਰੂ ਦਾ ਧੰਨ ਗੁਰੂ ਤੇਗ ਬਹਾਦਰ ਆਖੋ ਸਾਰੇ ਧੰਨ ਗੁਰੂ ਤੇਗ ਬਹਾਦਰ